ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ 45ਵੀਂ ਬਰਸੀ ਮੌਕੇ ਫੇਰੂਮਾਨ ਵਿਖੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜਾਬ ਦੀ ਵੰਡ ਵੇਲੇ ਸੂਬੇ ਨੂੰ ਰਾਜਧਾਨੀ ਨਾ ਦੇ ਕੇ ਵੱਡਾ ਧਰੋਹ ਕੀਤਾ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹਨਾਂ ਮੰਗਾਂ ਨੂੰ ਲੈ ਕੇ ਮੋਰਚਾ ਖੋਲ੍ਹਿਆ ਗਿਆ ਸੀ ਅਤੇ ਇਸੇ ਦੌਰਾਨ ਦਰਸ਼ਨ ਸਿੰਘ ਫੇਰੂਮਾਨ 74 ਦਿਨਾਂ ਦੀ ਭੁੱਖ ਹੜਤਾਲ ਤੋਂ ਮਗਰੋਂ ਸ਼ਹੀਦ ਹੋ ਗਏ ਸਨ। ਇਸ ਮਗਰੋਂ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਹਰਚੰਦ ਸਿੰਘ ਲੌਂਗੋਵਾਲ ਨਾਲ ਸਮਝੌਤਾ ਕਰਕੇ ਚੰਡੀਗੜ੍ਹ ਪੰਜਾਬ ਨੂੰ ਦੇਣਾ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਲ ਕਰਨਾ ਮੰਨ ਲਿਆ ਸੀ, ਪਰ ਕੇਂਦਰ ਸਰਕਾਰ ਇਸ ਤੋਂ ਮੁੱਕਰ ਗਈ ਸੀ। ਇੱਕ ਦਿਲੀ ਚਾਹ ਸੀਗੀ ਕਿ ਇਸ ਵਾਰੀ ਚਾਹੇ ਜਿਸ ਤਰ੍ਹਾਂ ਮਰਜ਼ੀ ਹੋ ਜਾਵੇ ਬਾਦਲ ਸਾਹਿਬ ਆਪ ਇੱਥੇ ਆਉਣ। ਉਹਨਾਂ ਨੂੰ ਮੈਂ ਪਿਛਲੇ 1.5-2 ਮਹੀਨੇ ਤੋਂ ਗਿਆ ਸੀ, ਉਹਨਾਂ ਨੂੰ ਰਿਕੁਐਸਟ ਕੀਤੀ, ਉਹਨਾਂ ਨੇ ਮੇਰੀ ਰਿਕੁਐਸਟ ਕਬੂਲ ਕੀਤੀ, ਉਹਨਾਂ ਨੇ ਮੇਰੀ ਬੇਨਤੀ ਨੂੰ ਕਬੂਲ ਕੀਤਾ। ਤਾਂ ਅੱਜ ਆਪ ਉਚੇਚੇ ਤੌਰ 'ਤੇ ਇੱਥੇ ਹਾਜ਼ਰੀ ਭਰੀ, ਉਸ ਮਹਾਨ ਸ਼ਹੀਦ ਨੂੰ ਸ਼ਰਧਾ ਫੁੱਲ ਅਰਪਿਤ ਕੀਤੇ। ਸ਼ਹੀਦ ਪਰਿਵਾਰ ਨੇ ਅੱਜ ਸਾਰਿਆਂ ਜਿਹੜਾ ਸ਼ਹੀਦ ਪਰਿਵਾਰ ਵਾਸਤੇ ਹੀ ਹੈ, ਪਿੰਡ ਨੂੰ ਜੋ ਕੁਛ ਆਖਿਆ, ਬਾਕੀ ਫੇਰੂਮਾਨ ਸਾਹਿਬ ਬਹੁਤ ਵੱਡੇ ਸਾਨੂੰ, ਇਹ ਸ਼ਹੀਦ ਪਰਿਵਾਰਾਂ ਦੇ ਨਹੀਂ ਹੁੰਦੇ, ਇਹ ਸ਼ਹੀਦ ਤਾਂ ਕੌਮਾਂ ਦੇ ਹੁੰਦੇ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।